नानी का फोन आ गया। गल सुन, रात तक लेके छेती आ मैनू मिलन। मेरी तेरी भाभी ना दो घंटे गल हुंदी है, मैनू सारा कुछ पता लग रहा घरे की हो रहा। किन्ना फर्क है ना मेरी माँ ते ताडी सोच दे विच, एक मैनू घरों कढ़दी पई है ते एक मेरा घर बनांदी पई है। ए ना इत्थे मैं गली च जा रहा सी, घर सुनना जिहा पिया सी, कोई सीगा नहीं अंदर, मंदरों फिर सोना चोरी कर लिया। ਤੁਸੀਂ ਰੁਕਦੇ ਕਿ ਨਹੀਂ ਰੁਕਦੇ? ਐਵੇਂ ਥਕਾ ਕੇ ਰੱਖਿਆ ਹੋਇਆ ਮੈਨੂੰ। ਮੈਂ ਕੱਲ ਦੀ ਜਿੰਨੀ ਵਾਰੀ ਪੁੱਛਦੀ ਹਾਂ ਵੀ ਕਿੱਥੋਂ ਆਇਆ ਸੋਨਾ, ਕਿੱਥੋਂ ਆਇਆ, ਹੱਸ ਕੇ ਟਾਲ ਦਿੰਦੇ ਹੋ। ਮੈਨੂੰ ਸੱਚੀ ਸੱਚੀ ਦੱਸੋ ਨਾ, ਤੈਨੂੰ ਲੱਗਦਾ ਕਿ ਮੈਂ ਸੋਨਾ ਚੋਰੀ ਕੀਤਾ ਹੋਊਗਾ? ਐਵੇਂ ਤੁਸੀਂ ਮੈਨੂੰ ਰਾਤ ਤੱਕ ਖਪਾਇਆ ਹੋਇਆ, ਸਾਰੀ ਰਾਤ ਪੁੱਛਦੀ ਰਹੀ ਹਾਂ, ਮੈਨੂੰ ਦੱਸ ਦਿਓ ਸੱਚ। ਵੀ ਇਸ ਕੰਡੀਸ਼ਨ 'ਚ ਮੈਨੂੰ ਘਬਰਾਹਟ ਹੋਣ ਲੱਗ ਜਾਂਦੀ ਫਿਰ ਐਕਸਟਰਾ ਸੋਚ ਸੋਚ ਕੇ। ਹੁਣ ਸਵੇਰ ਹੋ ਗਈ ਤਾਂ ਵੀ ਨਹੀਂ ਮੈਨੂੰ ਕੁਛ ਦੱਸਦੇ ਪਏ। ਯਾਰ ਤੁਹਾਨੂੰ ਲੱਗਦਾ ਰਾਧਿਕਾ ਮੈਂ ਚੋਰੀ ਕਰੂੰਗਾ? ਨਾਨੀ ਨੇ ਕੱਲ੍ਹ ਬੁਲਾਇਆ ਨਹੀਂ ਸੀਗਾ, ਨਾਨੀ ਨੇ ਦਿੱਤਾ ਸੋਨਾ। ਸੱਚੀ ਨਾਨੀ ਜੀ ਨੇ ਦਿੱਤਾ ਸੋਨਾ? ਪਰ ਫਿਰ ਆਪਾਂ ਨਾਨੀ ਜੀ ਨੂੰ ਵਾਪਸ ਕਿੱਦਾਂ ਕਰਾਂਗੇ? ਤੇ ਇੱਕ ਗੱਲ ਹੋਰ, ਨਾਨੀ ਜੀ ਨੇ ਦਿੱਤਾ ਹੀ ਕਿਉਂ? ਵਾਪਸ ਕਰਨ ਦੀ ਕੋਈ ਲੋੜ ਨਹੀਂ, ਨਾਨੀ ਨੇ ਵੱਡੇ ਮਾਮੇ ਵਾਸਤੇ ਤੇ ਮੰਮੀ ਵਾਸਤੇ ਹਿੱਸਾ ਰੱਖਿਆ ਸੀਗਾ। ਵੱਡੇ ਮਾਮੇ ਨੂੰ ਘਰ ਤੇ ਦੁਕਾਨ ਦੇਤੀ ਤੇ ਮੰਮੀ ਨੂੰ ਸੋਨਾ ਦੇਣਾ ਸੀਗਾ, ਤੇ ਨਾਨੀ ਕਹਿੰਦੀ ਕਿ ਤੇਰੀ ਮਾਂ ਲਾਲਚੀ ਆ, ਉਹਨੇ ਰੱਜਣਾ ਤਾਂ ਹੈ ਨਹੀਂ, ਤਾਂ ਨਾਨੀ ਨੇ ਸੋਨਾ ਮੈਨੂੰ ਦੇਤਾ। ਨਾ ਮੇਰੀ ਗੱਲ ਸੁਣੋ, ਆਪਾਂ ਸੋਨਾ ਕਰਨਾ ਕੀ ਹੈ? ਨਾ ਆਪਣੇ ਕੋਈ ਅਲਮਾਰੀ ਹੈ, ਕੋਈ ਤਿਜੋਰੀ ਹੈ, ਨਾ ਕੋਈ ਦਰਵਾਜ਼ਾ ਲੱਗਾ, ਆਪਾਂ ਸਾਂਭਾਂਗੇ ਕਿੱਦਾਂ? ਕਿੱਦਾਂ ਚੱਕਾਂਗੇ? ਉਹਦੀ ਜ਼ਿੰਮੇਵਾਰੀ ਤੁਸੀਂ ਵਾਪਸ ਹੀ ਕਰਿਓ ਨਾਨੀ ਜੀ ਨੂੰ। ਓ ਯਾਰ ਤੂੰ ਸਮਝੀ ਨਹੀਂ, ਨਾਨੀ ਨੇ ਮੈਨੂੰ ਇਹ ਕਹਿ ਕੇ ਭੇਜਿਆ ਕਿ ਇਹ ਸੋਨੇ ਨੂੰ ਵੇਚ ਕੇ ਤੈਨੂੰ ਜਿੰਨੇ ਪੈਸੇ ਮਿਲਦੇ ਆ ਉਸ ਪੈਸਿਆਂ ਦਾ ਤੂੰ ਘਰ ਲੈ ਲੈ, ਕਿਰਾਏ 'ਤੇ ਰਹਿਣ ਨਾਲ। ਨਾਨੀ ਜੀ ਕਹਿੰਦੇ ਆ ਵੀ ਆਹ ਤੇਰੀ ਮੰਮੀ ਨੂੰ ਸੋਨਾ ਦੇਣਾ ਸੀ, ਪਰ ਤੇਰੀ ਮੰਮੀ ਨੂੰ ਤਾਂ ਪੂਰੀ ਪੈਣੀ ਨਹੀਂ, ਤਾਂ ਕਰਕੇ ਫਿਰ ਨਾਨੀ ਜੀ ਨੇ ਮੈਨੂੰ ਬੁਲਾਇਆ ਤੇ ਸੋਨਾ ਦਿੱਤਾ। ਜੀ ਮੇਰੀ ਗੱਲ ਸੁਣੋ, ਨਾਨੀ ਜੀ ਨੇ ਤੁਹਾਨੂੰ ਦੇਣ ਲੱਗਿਆਂ ਪਹਿਲਾਂ ਮੰਮੀ ਨਾਲ ਗੱਲ ਕੀਤੀ ਹੈ, ਤੇ ਬਾਅਦ ਵਿੱਚ ਮੰਮੀ ਨੂੰ ਪਤਾ ਲੱਗਿਆ, ਮੁੜ ਕੇ ਸਾਰੀ ਗੱਲ ਸਾਡੇ 'ਤੇ ਆਣੀ ਹੈ। ਯਾਰ ਮੈਂ ਨਾਨੀ ਨਾਲ ਬੈਠ ਕੇ ਸਾਰੀ ਗੱਲ ਕਲੀਅਰ ਕਰਕੇ ਆਇਆ। ਨਾਨੀ ਕਹਿੰਦੇ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲੈ, ਜਦੋਂ ਤੇਰੀ ਮਾਂ ਆ ਕੇ ਤੈਨੂੰ ਬੋਲੇ ਤੂੰ ਮੈਨੂੰ ਫੋਨ ਕਰਦੀ, ਮੇਰਾ ਸੋਨਾ ਮੈਂ ਜਿਹਨੂੰ ਮਰਜ਼ੀ ਦੇਵਾਂ। ਜੀ ਉਹ ਤਾਂ ਗੱਲ ਠੀਕ ਆ, ਨਾਨੀ ਮੰਮੀ ਨੂੰ ਸਾਂਭ ਲੂਗੇ ਕੋਈ ਗੱਲ ਨਹੀਂ, ਤੇ ਵੱਡੇ ਵੀਰ ਜੀ ਬਾਹਰ ਬੈਠੇ ਹੋਏ ਨੇ, ਉਹਨਾਂ ਨੇ ਤੇ ਇੱਕ ਵਾਰੀ ਗੱਲ ਸੁਣ ਕੇ ਸੋਚਣਾ ਨਾ ਵੀ ਇਹਦਾ ਇਕੱਲਾ ਹੀ ਸੋਨਾ ਸਾਰਾ ਨਿਬੇੜ ਗਿਆ। ਮੈਨੂੰ ਇੱਕ ਵਾਰ ਨਹੀਂ ਫੋਨ ਕਰਕੇ ਇਹਨੇ ਪੁੱਛਿਆ ਜੀ। ਮੈਂ ਤਾਂ ਇਹੀ ਕਹਿੰਦੀ ਹਾਂ, ਤੁਸੀਂ ਨਾ ਇੱਕ ਵਾਰੀ ਫੋਨ ਕਰਕੇ ਵੱਡੇ ਵੀਰ ਜੀ ਨਾਲ ਸਾਰੀ ਸੋਨੇ ਵਾਲੀ ਆਹ ਗੱਲ ਕਰ ਲਓ, ਜੇ ਆਪਾਂ ਉਹਨਾਂ ਦੇ ਨਜ਼ਰਾਂ 'ਚ ਅੱਜ ਸਹੀ ਆ ਨਾ, ਐਵੇਂ ਗਲਤ ਨਾ ਹੋ ਜਾਈਏ ਗੱਲ ਨੂੰ। ਉਹ ਯਾਰ ਮੈਂ ਹੁਣ ਤੁਹਾਨੂੰ ਕੀ ਦੱਸਾਂ, ਕੱਲ੍ਹ ਜਦੋਂ ਸਵੇਰੇ ਇੱਧਰੋਂ ਕੰਮ 'ਤੇ ਜਾਂਦਾ ਪਿਆ ਸੀ ਨਾ, ਵੱਡੇ ਵੀਰ ਜੀ ਦਾ ਫੋਨ ਆਇਆ ਸੀਗਾ, ਮੇਰੀ ਤਾਂ ਉਹਨਾਂ ਨੇ ਇੱਕ ਨਹੀਂ ਸੁਣੀ, ਬਸ ਮੈਨੂੰ ਹੀ ਅੱਗੋਂ ਡਾਂਟਿਆ ਕਿ ਤੂੰ ਜਨਾਨੀਆਂ ਨੂੰ ਇਕੱਲਾ ਛੱਡ ਆਇਆ, ਤੂੰ ਜਨਾਨੀਆਂ ਨਾਲ ਬੈਸ ਸਕਦਾ ਇੱਦਾਂ ਅਤੇ ਉੱਦਾਂ, ਕਿਉਂਕਿ ਜੈਸਮੀਨ ਭਾਬੀ ਨੇ ਵੱਡੇ ਵੀਰੇ ਨੂੰ ਬਾਹਰ ਹੋਰ ਕੁਛ ਦੱਸਿਆ ਅਤੇ ਇੱਥੇ ਕੁਛ ਹੋਰ ਕਰਦੇ ਪਏ ਨੇ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਜੈਸਮੀਨ ਭਾਬੀ ਆਪਣੇ ਡਬਲ ਗੇਮ ਖੇਡਦੀ ਪਈ ਹੈ, ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਚਲੋ ਹੁਣ ਛੱਡੋ ਬਾਕੀ ਸਾਰੀਆਂ ਗੱਲਾਂ, ਨਾਨੀ ਆਪਣਾ ਕਰਦੇ ਪਏ ਨਾ ਇਹੀ ਬਹੁਤ ਆ। ਹੁਣ ਤੁਸੀਂ ਇੱਦਾਂ ਕਰੋ, ਮਕਾਨ ਮਾਲਕ ਹੈ ਨਾ ਜਿਹੜੇ ਭਾਅ ਜੀ ਬਾਹਰ ਖੜੇ ਨੇ, ਉਹਨਾਂ ਨਾਲ ਨਾ ਗੱਲ ਕਰੋ ਵੀ ਇੱਥੇ ਨੇੜੇ ਤੇੜੇ ਕੋਈ ਜਗ੍ਹਾ ਜਾਂ ਬਣਿਆ ਬਣਾਇਆ ਮਕਾਨ ਆਪਾਂ ਨੂੰ ਮਿਲ ਜਾਵੇ ਤਾਂ। ਚਲੋ ਠੀਕ ਆ, ਅਤੇ ਤੁਸੀਂ ਇੱਦਾਂ ਕਰੋ ਬਾਹਰ ਹਵਾ 'ਚ ਖੜ ਜਾਓ, ਹੁਣ ਪੱਖਾ ਆਇਆ ਅਤੇ ਲਾਈਟ ਚਲੀ ਗਈ ਹੈ। ਹਾਂ ਹਾਂ ਬਸ ਆ ਗਿਆ ਯਾਰ, ਗੱਡੀ ਕੱਢਣ ਲੱਗਾ, ਕਿਉਂ ਕਾਲਾ ਪੈਣਾ? ਭਾਅ ਜੀ ਕਿਤੇ ਜ਼ਰੂਰੀ ਕੰਮ ਜਾ ਰਹੇ ਸੀ, ਮੈਨੂੰ ਕੰਮ ਸੀ ਤੁਹਾਡੇ ਨਾਲ। ਹਾਂ ਵੀਰੇ ਜਾ ਤਾਂ ਜ਼ਰੂਰੀ ਕੰਮ ਰਿਹਾ ਸੀ, ਪਰ ਤੂੰ ਦੱਸ ਕੀ ਸਮੱਸਿਆ? ਭਾਅ ਜੀ ਆਪਣੀ ਆਹੀ ਕਲੋਨੀ ਦੇ ਵਿੱਚ ਕੋਈ ਘਰ ਮਿਲ ਜੂਗਾ ਬਣਿਆ ਬਣਾਇਆ 5 ਕੁ ਲੱਖ ਤੱਕ ਦਾ? ਇਹ ਸਾਡੇ ਕੋਲ ਸੋਨ ਲਈ ਮੰਜਾ ਨਹੀਂ ਸੀਗਾ, ਇਹ 5 ਲੱਖ ਦਾ ਘਰ ਕਿੱਥੋਂ ਲਊਗਾ? ਭਾਅ ਜੀ ਕੀ ਸੋਚਣ ਲੱਗ ਗਏ, ਮੈਂ ਕਹਿੰਦਾ ਸੀ ਘਰ ਦੇਖ ਦਿੰਦੇ ਕੋਈ। ਓ ਯਾਰ ਮੇਰੇ ਦਿਮਾਗ 'ਚ ਨਾ ਇੱਕ ਪਲਾਟ ਸੀਗਾ, ਉਹੀ ਸੋਚ ਰਿਹਾ ਸੀਗਾ ਮੈਂ। ਤੂੰ ਕਿਹੜਾ ਲੈਣਾ, ਬਣਿਆ ਬਣਾਇਆ ਲੈਣਾ ਜਾਂ ਜਗ੍ਹਾ ਚੱਲੇਗੀ ਤੈਨੂੰ? ਭਾਅ ਜੀ ਜਗ੍ਹਾ ਨਹੀਂ ਚਾਹੀਦੀ, ਬਣਿਆ ਬਣਾਇਆ ਚਾਹੀਦਾ, ਜਗ੍ਹਾ ਲੈ ਵੀ ਲਊਂਗਾ ਫਿਰ ਬਣਾਊਂਗਾ ਕਿੱਦਾਂ? ਭਾਅ ਤੈਨੂੰ ਮੈਂ ਜਗ੍ਹਾ ਤਾਂ ਲੱਭ ਦਿੰਦਾ, ਪਰ ਤੇਰੇ ਕੋਲ 5 ਲੱਖ ਆਇਆ ਕਿੱਥੋਂ? ਭਾਅ ਜੀ ਉਹ ਸਭਣਾ ਮੈਂ ਤੁਹਾਨੂੰ ਬਾਅਦ 'ਚ ਦੱਸੂੰਗਾ ਵਿਹਲਾ ਬੈਠ ਕੇ, ਫਿਲਹਾਲ ਤੁਸੀਂ ਮੈਨੂੰ ਕੋਈ 5 ਲੱਖ ਤੱਕ ਦਾ ਘਰ ਲੱਭ ਦਿਓ, ਬਹੁਤ ਜ਼ਰੂਰੀ ਚਾਹੀਦਾ। ਦੇਖ ਵੀਰੇ ਜਿੱਥੇ ਤੱਕ ਮੇਰਾ ਆਈਡੀਆ ਆ, 5 ਲੱਖ ਦੀ ਤੈਨੂੰ ਜਗ੍ਹਾ ਮਿਲਣੀ ਹੈ, ਜੇ ਤੂੰ ਘਰ ਲੈਣਾ ਚਾਹੁੰਦਾ ਆ ਉਹ ਮਿਲਣਾ ਤੈਨੂੰ 10 ਲੱਖ ਦਾ। 5 ਲੱਖ ਦੇ ਕੇ 5 ਲੱਖ ਦਾ ਮੈਂ ਤੇਰਾ ਲੋਨ ਕਰਾ ਦਿੰਦਾ। ਭਾਅ ਜੀ ਲੋਨ ਨਹੀਂ, ਲੋਨ ਨਹੀਂ ਲੈਣਾ, ਇੰਨੀ ਤਨਖਾਹ ਹੀ ਨਹੀਂ ਹੈਗੀ, ਕਿਸ਼ਤ ਕਿੱਦਾਂ ਦਊਂਗਾ? ਉਹ ਵੀਰੇ ਤਨਖਾਹ ਕਿੰਨੀ ਤੇਰੀ? ਭਾਅ ਜੀ 14,000। ਕਿਸ਼ਤ ਬੰਨੀ ਤੇਰੀ 4-5 ਹਜ਼ਾਰ ਰੁਪਇਆ, 14,000 ਦੇ ਵਿੱਚੋਂ 4-5 ਹਜ਼ਾਰ ਨਹੀਂ ਕੱਢ ਸਕਦਾ? ਭਾਅ ਜੀ ਪਰ 14,000 ਦੇ ਵਿੱਚ ਤੁਸੀਂ ਇਹ ਵੀ ਤਾਂ ਦੇਖੋ, ਜੇ 5,000 ਉਹ ਘਰ ਦੀ ਕਿਸ਼ਤ, 3,000 ਇਹਦਾ ਕਰਾਇਆ। ਭਾਅ ਜੀ ਲੋਨ ਵਾਲਾ ਪੰਗਾ ਨਹੀਂ ਮੈਂ ਲੈਣਾ,
क्योंकि तुहानू पता राधिका डिलीवरी नेड़े ही आने वाली है, फिर होस्पिटल भी पैसे लगने आ, जे काम विच विचाले छुट गया तो जिहड़ी माड़ी मोटी जगह बनी मैं उत्थों भी जाऊँगा। ये तो गल सही है वीरे तेरी, तीन किस्तां टुट गई अगले ने घर जब्त कर लेना। फिर भाजी पाओ किसे राह खाने, 5 लाख पिया मेरे को एवं खर्चिया ना जाए। एक काम कर, आ मेरे नाल चल, लागे कलोनी कट्टी आ, तू उत्थे जगह लेके रख ला, जगह पई पई बधूगी ओही। ठीक है भाजी, बैठा फिर मैं। हाँ हाँ बैठ बैठ। मम्मी फोन च वड़े हुए हो, बाहर दी भी थोड़ी खबर खुबर रख लो। जदों भी बाहर आनी है ना मनहूस खबर ही लेके आनी है, सुना आज दी ताजी खबर। ताड़ा भी लगदा सरिया ही पै, एक पासो मेनू मनहूस कही जांदे हो, एक पासे कहंदे हो ताजी खबर सुना। केड़ी खबर सुनावां पहले ए दसो। खबर ते पुत ओ सुना जड़ी मेरे दिल नु सुकून दवे। दिल नु सुकून ता नहीं मिलना, दिल घबरा पावे जावे। बोलो सुनावां खबर फिर। तू कड़ा सुनाए बिना रहना है, सुना दे फिर। हुण मम्मी जिहड़ी गवंड नहीं अपनी निशा जिन्नू सारे महल्ले दी खबर रहिंदी है, ओहदे कोल ना पवन दी वी पूरी सू होए। उहने मैनू दस्सिया है पवन ना पिछे कलोनी दे विच नवां घर वेखदा पिया है। बस फिर एदा मैं भी 2 मिंट वास्ते सुन हो गई सी जदों उहने मैनू खबर दसी सी। एहदे पल्ले केड़ा कुछ सीगा जिहड़ा घर खरीददा फिरदा है, इत्थे केड़ा 10-12 हज़ार दा आंदा है, 10-12 लाख दा आंदा है घर। गल तां तुहाडी ठीक है, राधिका दे पेके पल्ले भी कुछ हैगा नहीं, जे हुंदा तां मन भी लैंदे। जैस्मीन जे राधिका दे पेकियां दे पल्ले कुछ हुंदा ना ते फिर मैं इत्थों क्यों कढ़दी। मम्मी तुसीं ना बहुता बोझ ना पाओ, पता ते मैं ला के छड्डूंगी कि इहदे कोल पैसे आए कित्थों। ला ला पता वी इहनूं पैसे कौन दे रिहा है, रिश्तेदारां नूं मैं फोन करके ना कहता होया है वी इहनूं मूंह ना लायो। मम्मी कल मैं रोज नूं ट्यूशन छड्डन जाना ही है, इहदे मकान मालक को पुछ के आऊंगी पूरी कहानी की है। देख भाई आ कलोनी नवी कट्टी हुई है, आ घर देख कितना सोहना पाया ते ओ सामने घर देख कितना सोहना पाया। इधरली गली च देखिए। चलो आ दे भाई, ये छोटा जा घर थोनू मियाँ बीबी नू बहुत वधिया आ, ते आ 4-5 घर बने हुए डीलरां ने तां लोन करा देना। पर भाजी डीलरां वाला घर तो मैनू 10-12 लाख का पै जाना, मेरा बजट ही 5 लाख। चल अगे आ जा, मेरे यार दोस्त का प्लाट पिया वो देख ला। आ देख भरा ये 60 गज का प्लाट आ, बंदा 8 लाख रुपया मंगता, तेनू मैं 7 लाख चवा दाँगा। पर भाजी मेरे को है ही 5 लाख। वो देख भरावा जिते 5 लाख किया 2 लाख होर कर ला। आ देख गली आ, हाँ मेन सड़क की गली नाल लगती पई है ना, जगह की वैल्यू भी बढ़ जूगी फिर पई पई भी। फिर 7 लाख का इंतजाम करना पैना भाजी। 7 लाख का कर ला, मौके की जगह आ। पता नहीं कमले ने पखे का हल किवें कीता है किवें नहीं, बस इन्ना पता है भैन नूं दुखी नहीं देख सकता। बड़ा टाइम लाया तुसीं नीचे, बनी कोई गल कि नहीं? पानी दे पैंदा। हाँ मकान मालक थले सीगा ते मैं उन्हां कर ली सारी गल, ते पिछे ना नवी कलोनी कट्टी है वो मैनू उत्थे लै गया, बड़े सोहने सोहने घर बने हुए है जी। फिर पसंद किया कोई घर तुसी के नहीं? तुसी मैनू नाल लेके चलो, मैं भी पसंद करूंगी घर। पसंद तुहानू की करा के लेवां, आपां नू 5 लाख दे विच घर नहीं मिलता पिया, प्लाट मिलता पिया पर वह भी 7 लाख का जी। अपने को 5 लाख रुपया वह भी जिहड़ा सोना पिया वेचन जावांगे फिर पता लगूगा भी उन्होंने भी सानू 4.5 लाख देना कि 5 लाख देना पूरा। रौला तो यही गल ना यार, प्लाट भी वधिया मिलता पिया ते जगह भी वधिया है, हुण 2 लाख का इंतजाम करना। तो तुसी भाजी नाल गल करन गए सी, मकान मालक ने तुहानू फिर सलाह नहीं दित्ती कोई भी बाकी दे पैसे किद्दां अरेंज होऊगे?
ਉਹ ਮਾਲਕ ਨੇ ਤਾਂ ਸਲਾਹ ਦਿੱਤੀ ਹੈ ਕਹਿੰਦਾ 10 ਲੱਖ ਦਾ ਘਰ ਲੈ ਲੈ 5 ਲੱਖ ਰੁਪਏ ਦੇ ਕੇ 5 ਲੱਖ ਦਾ ਮੈਂ ਲੋਨ ਪਵਾ ਦਿੰਦਾ ਮਹੀਨੇ ਦੀ 4-5 ਹਜ਼ਾਰ ਕਿਸ਼ਤ ਬਣ ਜੂਗੀ ਨਾ ਨਾ ਜੀ ਤੁਸੀਂ ਲੋਨ ਵਾਲਾ ਪੰਗਾ ਨਾ ਪਾਇਓ ਮਸਾ ਮਸਾ ਕੰਮ ਮਿਲਿਆ ਮਸਾ ਮਸਾ ਥੋੜੀ ਸੈਟਿੰਗ ਸ਼ੁਰੂ ਹੋਈ ਆ ਹੋਣੀ ਤੇ ਐਵੇਂ ਪੰਗਾ ਪਾਉਂਗੇ ਅੱਜ ਕੰਮ ਹੈਗਾ ਕੱਲ ਨੂੰ ਨਹੀਂ ਹੈਗਾ ਇਹ ਤੋਂ ਵੀ ਜਾਵਾਂਗੇ ਆਪਾਂ ਪਰ ਮੈਂ ਇਹ ਸੋਚਦਾ ਕਿ ਜਦੋਂ ਸ਼ਾਮ ਨੂੰ 7 ਵਜੇ ਘਰ ਆ ਤਾਂ ਜਾਂਦਾ 7 ਤੋਂ ਲੈ ਕੇ ਰਾਤੀ 12 ਤੱਕ ਜਮਾਟੋ ਦਾ ਕੰਮ ਨਾ ਕਰ ਲਵਾਂ ਉਹ 'ਚ ਵੀ ਕਹਿੰਦੇ ਪੈਸੇ ਵਧੀਆ ਮਿਲਦੇ ਆ ਨਾ ਨਾ ਜੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨਾ ਕੰਮ ਕੀਤਾ ਹੁੰਦਾ ਜੇ ਤੁਸੀਂ ਮੈਨੂੰ ਕਹੋ ਮੈਂ ਬੁਟੀਕ ਦਾ ਕੰਮ ਸਿੱਖ ਲਾਂ ਹਾਂ ਇਹ ਵੀ ਠੀਕ ਹੈ ਜਾਂ ਬੁਟੀਕ ਦਾ ਕਰ ਲਿਓ ਜਾਂ ਪਾਰਲਰ ਦਾ ਕਰ ਲਿਓ ਪਰ ਮੈਂ ਪਤਾ ਕੀ ਸੋਚਦਾ ਵੀ ਪਹਿਲਾਂ ਮੈਂ ਕੱਲ੍ਹ ਅੱਜੂ ਨੂੰ ਫੋਨ ਕਰਕੇ ਇੱਥੇ ਬੁਲਾਵਾਂ ਉਹਦੇ ਨਾਲ ਸੋਨਾ ਦੇਣ ਜਾਵਾਂ ਫਿਰ ਆਪਣੇ ਹੱਥ 'ਚ ਕਿੰਨੇ ਪੈਸੇ ਆਉਂਦੇ ਉਸ ਹਿਸਾਬ ਨਾਲ ਆਪਾਂ ਅਗਲਾ ਪੰਗਾ ਲੈਂਦੇ ਠੀਕ ਹੈ ਤੁਸੀਂ ਇੱਦਾਂ ਕਰੋ ਹੁਣ ਤੁਸੀਂ ਚਾਹ ਧਰ ਲਓ ਅਤੇ ਮੈਂ ਬਿਸਕੁਟ ਲਿਆਵਾਂ ਦੁਕਾਨ ਤੋਂ ਠੀਕ ਹੋਰ ਭੈਣ ਕਿੱਦਾਂ ਠੀਕ ਆ ਹਾਂ ਵੀਰੇ ਮੈਂ ਠੀਕ ਆ ਤੂੰ ਸੁਣਾ ਭੈਣ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ ਕੋਈ ਜੀਜਾ ਤਾਂ ਨਹੀਂ ਹੈਗਾ ਤੇਰੇ ਕੋਲ ਨਾ ਨਾ ਵੀਰੇ ਉਹ ਤਾਂ ਦੁਕਾਨ ਤੇ ਗਏ ਨੇ ਥੋੜਾ ਸਮਾਨ ਲੈਣ ਵਾਸਤੇ ਤੂੰ ਕਿਹੜੀ ਗੱਲ ਕਰਨੀ ਹੈ ਜੀਜੇ ਤੋਂ ਚੋਰੀ ਭੈਣ ਮੇਰੇ ਇੱਕ ਦੋਸਤ ਹੈਗਾ ਉਹ ਨਾ ਵਕੀਲ ਆ ਮੈਂ ਉਹਦੇ ਨਾਲ ਤੁਹਾਡੇ ਬਾਰੇ ਸਾਰੀ ਗੱਲ ਕੀਤੀ ਸੀਗੀ ਉਹ ਕਹਿੰਦਾ ਸੀ ਕੋਈ ਗੱਲ ਨਹੀਂ ਆਪਾਂ ਦਵਾ ਦੇਵਾਂਗੇ ਹਿੱਸਾ ਨਾ ਨਾ ਵੀਰੇ ਹਿੱਸੇ ਦੀ ਤਾਂ ਲੋੜ ਨਹੀਂ ਸਾਨੂੰ ਮਿਲ ਗਿਆ ਅੱਛਾ ਮਿਲ ਗਿਆ ਹਿੱਸਾ ਪਰ ਬੰਦੇ ਨੇ ਵਧੀਆ ਨਹੀਂ ਹੈਗੇ ਜਿਹੜਾ ਤੈਨੂੰ ਆਰਾਮ ਨਾਲ ਹਿੱਸਾ ਦੇ ਦੇਣਗੇ ਵੀਰੇ ਮੇਰੀ ਸੱਸ ਤਾਂ ਕਿਸੇ ਨੂੰ ਮਰੀ ਮੱਖੀ ਨਾ ਦੇਵੇ ਉਹਨਾਂ ਨੇ ਕਿੱਥੋਂ ਹਿੱਸਾ ਦੇਣਾ ਇਹਨਾਂ ਦੀ ਨਾਨੀ ਜੀ ਨੇ ਹਿੱਸਾ ਦਿੱਤਾ 5 ਲੱਖ ਰੁਪਏ ਦਾ ਸੋਨਾ ਵਾਹ ਭੈਣੇ ਇਹ ਤਾਂ ਕੰਮ ਬਹੁਤ ਵਧੀਆ ਹੋ ਗਿਆ ਤੁਸੀਂ ਸੋਚਿਆ ਹੁਣ ਉਹ ਸੋਨੇ ਦਾ ਕਰਨਾ ਕੀ ਆ ਤੁਸੀਂ ਵੀਰੇ ਇਹ ਤਾਂ ਕਹਿੰਦੇ ਸੀ ਵੀ ਅੱਜੂ ਦੇ ਨਾਲ ਜਾ ਕੇ ਨਾ ਸੋਨੇ ਦਾ ਪਹਿਲਾਂ ਮੁੱਲ ਪਵਾ ਆਵਾਂਗੇ ਉਸ ਤੋਂ ਬਾਅਦ ਆਪਣੇ ਲਈ ਘਰ ਦੇਖ ਲਾਂਗੇ ਤੇ ਕਲੋਨੀ 'ਚ ਵੀ ਗੇੜਾ ਮਾਰ ਕੇ ਆਏ ਨੇ ਤੇ ਉੱਥੇ 7 ਲੱਖ ਦਾ ਪਲਾਟ ਹੀ ਮਿਲਦਾ ਪਿਆ ਮਕਾਨ ਨਹੀਂ ਮਿਲਦਾ ਪਿਆ ਕੋਈ ਨਹੀਂ ਫਿਰ ਪਲਾਟ ਲੈ ਲਓ ਤੁਸੀਂ ਘਰ ਹੌਲੀ ਹੌਲੀ ਬਣ ਜੂਗਾ ਵੀਰੇ ਨਾਨੀ ਜੀ ਨੇ ਤਾਂ ਕਿਹਾ ਆ ਵੀ ਜਿਹੜਾ ਗੋਲਡ ਹੈ ਨਾ ਉਹ 5 ਲੱਖ ਦਾ ਆ ਤੇ ਪਲਾਟ 7 ਲੱਖ ਦਾ ਹੁਣ 2 ਲੱਖ ਦਾ ਕਿੱਦਾਂ ਕਰੀਏ ਭੈਣੇ ਜਿਹੜਾ ਮੰਮੀ 1.5 ਲੱਖ ਤੇਰੇ ਘਰ ਦੇ ਕੇ ਆਏ ਸੀ ਉਹ ਤੈਨੂੰ ਵਾਪਸ ਨਹੀਂ ਦੇਣਗੇ ਨਾ ਵੀਰੇ ਉਹ ਤਾਂ ਭੁੱਲ ਹੀ ਜਾਓ ਚੱਲ ਠੀਕ ਹੈ ਵੀਰੇ ਕੱਲ੍ਹ ਆ ਜਾਈ ਫਿਰ ਟਾਈਮ ਨਾਲ ਆਪਣੇ ਜੀਜੇ ਨਾਲ ਜਾ ਕੇ ਕੰਮ ਵੀ ਕਰਵਾਏ ਚੱਲ ਠੀਕ ਹੈ ਭੈਣੇ ਹੌਲੀ ਹੌਲੀ ਸਾਰਾ ਕੁਛ ਬਣ ਜੂਗਾ ਮਾਰਦਾ ਗੇੜਾ ਮੈਂ ਕੱਲ੍ਹ ਨੂੰ ਇਸੇ 2 ਲੱਖ ਕੋਈ ਵੱਡੀ ਰਕਮ ਨਹੀਂ ਹੈਗੀ ਜੀਜਾ ਜੀ ਮੋੜ ਵੀ ਦੇਣਗੇ ਜਿੱਥੇ ਰਜਿਸਟਰੀ ਰੱਖ ਕੇ ਇੰਨੇ ਪੈਸੇ ਚੱਕੇ ਆ ਅਤੇ 2 ਲੱਖ ਹੋਰ ਸੀ ਫਿਰ ਪਰ ਇਹ ਤਾਂ ਹੋ ਜੂਗਾ ਮੇਰੀ ਭੈਣ ਨੂੰ ਛੱਤ ਮਿਲ ਜੂਗੀ ਨਾਲੇ ਉਹ ਖੁਸ਼ ਵੀ ਬਹੁਤ ਹੋਊਗੀ ਹਾਂ ਵੀਜੂ ਘਰ ਹੀ ਆ ਗਿਆ ਸੁੱਖ ਹੈ ਕੱਲ੍ਹ ਭਾਅ ਜੀ ਮੈਂ ਤੁਹਾਡੇ ਆਫਿਸ ਗਏ ਆਇਆ ਤੁਹਾਡਾ ਆਫਿਸ ਵੀ ਬੰਦ ਸੀਗਾ ਅਤੇ ਕੱਲ੍ਹ ਮੈਂ ਘਰ ਆਇਆ ਅਤੇ ਘਰਦੇ ਕਹਿੰਦੇ ਭਾਅ ਜੀ ਹੈ ਨਹੀਂ ਗਏ ਇਸ ਕਰਕੇ ਫਿਰ ਮੈਂ ਅੱਜ ਸਵੇਰੇ ਹੀ ਆ ਗਿਆ ਤੁਹਾਡੇ ਕੋਲ ਮੈਂ ਵੀ ਆਫਿਸ ਖੋਲ੍ਹਣ ਹੀ ਚੱਲਿਆ ਸੀਗਾ ਚੱਲ ਦੱਸ ਫਿਰ ਕਿੱਦਾਂ ਆਇਆ ਭਾਈ 2 ਲੱਖ ਰੁਪਈਆ ਨਾ ਹੋਰ ਚਾਹੀਦਾ ਜ਼ਰੂਰੀ ਆ ਬੋਧ ਭੈਣ ਨੂੰ ਘਰ ਲੈ ਕੇ ਦੇਣਾ ਅਜੂ 5.5 ਲੱਖ ਮੈਂ ਪਹਿਲਾਂ ਲੈਣਾ ਵਾਂ 2 ਲੱਖ ਹੋਰ ਮੰਗ ਰਹੇ ਹੋ ਅਤੇ 7.5 ਲੱਖ ਦੀ ਵਿਆਜ ਪਤਾ ਕਿੰਨੀ ਹੋ ਜਾਣੀ ਆ ਭਾਅ ਜੀ 5.5 ਲੱਖ ਦੀ ਵਿਆਜ ਕਦੇ ਦਿੱਤੀ ਆ ਉਹ ਵੀ ਟਾਈਮ ਸਿਰ ਆ ਰਹੀ ਹੈ ਨਾ ਜੀ ਇਹਦੇ ਵੀ ਮੈਂ ਟਾਈਮ ਸਿਰ ਹੀ ਦਿੰਦਾ ਰਹੂੰਗਾ ਦੇਖ ਅਜੂ 2 ਲੱਖ ਤਾਂ ਮੈਂ ਤੁਹਾਨੂੰ ਦੇ ਦਿੰਦਾ ਵਾਂ ਜੇ ਮੈਨੂੰ ਲਗਾਤਾਰ 2 ਮਹੀਨੇ ਵਿਆਜ ਨਾ ਆਈ ਤਾਂ ਮੈਂ ਘਰ ਦੱਬ ਲੈਣਾ ਵਾਂ ਹਾਂ ਵੀ ਅੱਜੂ ਹੁਣ ਕੀ ਸੋਚੀ ਪੈ ਗਿਆ ਦੱਸ ਲੈਣਾ 2 ਲੱਖ ਕਿਵੇਂ ਕਰੀਏ ਕੋਈ ਨਹੀਂ ਭਾਅ ਜੀ ਤੁਹਾਡੇ ਪੈਸੇ ਨਹੀਂ ਰੁਕਦੇ ਪਰ ਮੈਨੂੰ 2 ਲੱਖ ਦੇ ਦਿਓ ਤੁਹਾਨੂੰ ਵਿਆਹ ਜਾਂਦੀ ਰਹੂਗੀ ਅੱਛਾ ਇਸ ਤਰ੍ਹਾਂ ਅੱਜੂ ਮੇਰੇ ਕੋਲ ਕੈਸ਼ ਤਾਂ ਨਹੀਂ ਹੈਗਾ ਤੈਨੂੰ ਮੈਂ ਚੈੱਕ ਦੇ ਦੇਣਾ 2 ਲੱਖ ਦਾ ਤੂੰ ਕੈਸ਼ ਕਰਵਾ ਲਈ ਪਵੇਗਾ ਕਿ ਬੈਂਕ ਜਾ ਕੇ ਅੱਜੂ ਪਹਿਲਾਂ 2 ਲੱਖ ਦਾ ਚੈੱਕ ਅਤੇ ਕੈਸ਼ ਕਰਵਾ ਕੇ ਮੈਨੂੰ 5% ਵਿਆਜ ਦੇ ਕੇ ਜਾਈਏ ਇਹਦੀ ਜੀ ਮੇਰਾ ਭਰਾ ਕਿੰਨਾ ਜ਼ਿੰਮੇਦਾਰ ਆ ਇਹਨੂੰ ਮੈਂ ਕੱਲ੍ਹ ਹੀ ਕਿਹਾ ਸੀ ਵੀ ਟਾਈਮ 'ਤੇ ਆ ਜੀ ਦੇਖ ਲਓ ਆ ਗਿਆ ਤੁਸੀਂ ਨਾ ਜਾ ਕੇ ਦੋਨੋਂ ਜਾਣੇ ਪਹਿਲਾਂ ਉਹ ਸੋਨੇ ਵਾਲਾ ਕੰਮ ਕਰਾਇਓ ਉਹ ਸੋਨੇ ਵਾਲਾ ਕੰਮ ਕਰਕੇ ਕਰਨਗੇ ਕੀ ਅੱਜੂ ਜਿਹੜਾ ਮੈਂ ਪਲਾਟ ਪਸੰਦ ਕੀਤਾ ਉਹ 7 ਲੱਖ ਦਾ ਅਤੇ ਸੋਨਾ ਵਿਕਣਾ 5 ਲੱਖ ਦਾ ਹੁਣ 2 ਲੱਖ ਦਾ ਚੱਕਰ ਪੈਂਦਾ ਪਿਆ ਮੈਂ ਕਹਿੰਦਾ ਹਲੇ ਰੁਕ ਜਾਂਦੇ ਹਾਂ ਜੀਜਾ ਜੀ ਤੁਹਾਨੂੰ ਪਲਾਟ ਪਸੰਦ ਆ
ਪਲਾਟ ਤਾਂ ਮੈਨੂੰ ਪਸੰਦ ਹੈ, ਜਿਹੜਾ ਆਂਢ ਗੁਆਂਢ ਏਰੀਆ ਕੋਠੀਆਂ ਵਾਲਾ ਜਿਹੜੀ ਉਹਦੀ ਮੇਨ ਗਲੀ ਲੱਗਦੀ ਹੈ ਉਹ ਸੜਕ ਨਾਲ ਲੱਗਦੀ ਹੈ, ਮੈਨੂੰ ਉਹੀ ਪਲਾਟ ਚਾਹੀਦਾ। ਓ ਜੀਜਾ ਜੀ, ਤੇ ਤੁਸੀਂ ਘਮਰਾਉਂਦੇ ਕਾਹਨੂੰ, ਤੁਸੀਂ ਸੌਦਾ ਕਰਕੇ ਆਓ, ਆਹ ਫੜੋ। ਦੋ ਲੱਖ ਦਾ ਚੈੱਕ ਲਿਆਇਆ ਕਮਲਾ, ਇਹਨੂੰ ਪੁੱਛ ਤਾਂ ਕਿੱਥੋਂ ਲੈ ਕੇ ਆਇਆ 2 ਲੱਖ ਦਾ ਚੈੱਕ ਇਹ। ਅੱਜੂ ਵੀਰੇ ਕਿੱਥੋਂ ਲੈ ਕੇ ਆਇਆ, ਮੰਮੀ ਨੂੰ ਪਤਾ ਇਸ ਚੀਜ਼ ਦਾ? ਭੈਣ ਤੂੰ ਇਸ ਗੱਲ ਦੀ ਟੈਨਸ਼ਨ ਨਾ ਲੈ, ਮੰਮੀ ਨੂੰ ਪਤਾ ਵਾ ਕਿ ਨਹੀਂ ਪਤਾ ਵਾ। ਜੀਜਾ ਜੀ ਤੁਸੀਂ ਪਲਾਟ ਨੂੰ ਨਾ ਜਲਦੀ ਮਕਾਨ 'ਚ ਬਦਲ ਦਿਓ ਅਤੇ ਮਿਹਨਤ ਕਰਕੇ ਤੁਸੀਂ 2 ਲੱਖ ਮੋੜ ਦਿਓ। ਮੈਂ ਕਿਹੜਾ ਤੁਹਾਡੇ ਕੋਲ ਮੰਗਦਾ ਪਿਆ ਵਾਂ, ਮੈਂ ਤਾਂ ਕਹਿੰਦਾ ਨਹੀਂ ਮੈਨੂੰ ਅੱਜ ਦੇਵੋ। ਮੈਨੂੰ ਸਮਝਾ ਕੁਛ। ਕੋਈ ਗੱਲ ਨਹੀਂ ਜੀ, ਹੁਣ ਜੇ ਲੈ ਆਇਆ ਵਰਤ ਲੈਂਦੇ ਹਾਂ। ਅੱਜੂ ਵੀਰੇ ਸਾਨੂੰ 1 ਸਾਲ ਦਾ ਟਾਈਮ ਦੇ, ਅਸੀਂ ਮੋੜ ਦਾਂਗੇ। ਉਹ ਕੋਈ ਨਹੀਂ ਜੀਜਾ ਜੀ, ਮੈਂ ਕਿਹੜਾ ਤੁਹਾਡੇ ਕੋਲ ਮੰਗੇ ਨੇ ਪੈਸੇ, ਤੁਸੀਂ ਤਾਂ ਮੋੜ ਹੀ ਦੇਣੇ ਨੇ। ਧੰਨਵਾਦ ਵੀਰੇ ਤੇਰਾ। ਨਾ ਨਾ ਜੀਜਾ ਜੀ, ਧੰਨਵਾਦ ਵਾਲੀ ਕਿਹੜੀ ਗੱਲ ਹੈ, ਮੇਰੀ ਗੱਲ ਸੁਣੋ। ਇਹ ਨਾ ਚੈੱਕ ਕੱਲ੍ਹ ਹੋਣਾ ਕੈਸ਼, ਅੱਜ ਹੈਗਾ ਐਤਵਾਰ ਅਤੇ ਕੱਲ੍ਹ ਹੀ ਆਪਾਂ ਸੋਨੇ ਵਾਲੇ ਕੰਮ ਵੀ ਨਿਬੇੜੇ ਆਵਾਂਗੇ। 7 ਲੱਖ ਰੁਪਇਆ ਇਕੱਠਾ ਕਰਕੇ ਆਪਾਂ ਪਲਾਟ ਦਾ ਸੌਦਾ ਕਰ ਲਾਂਗੇ। ਫਿਰ ਠੀਕ ਹੈ, ਮੈਂ ਮਕਾਨ ਮਾਲਕ ਨਾਲ ਹੁਣੇ ਗੱਲ ਕਰ ਲੈਂਦਾ। ਮੈਂ ਕਹਿੰਦਾ ਕੱਲ੍ਹ 7 ਲੱਖ ਦੇ ਕੇ ਤੂੰ ਪਲਾਟ ਦੀ ਰਜਿਸਟਰੀ ਕਰਾ। ਚਲੋ ਜੀਜਾ ਜੀ, ਮੈਂ ਚੱਲਦਾ, ਮੈਂ ਹੋ ਰਿਹਾ ਲੇਟ।